ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਬੇਖੌਫ ਹੋ ਕੇ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਲੋਕਾਂ ਦੀਆਂ ਰਾਤਾਂ ਦੀਆਂ ਨੀਂਦਾਂ ਵੀ ਉਡਾ ਰਹੇ ਨੇ। ਸ਼ੁੱਕਰਵਾਰ ਰਾਤ ਨੂੰ ਚੋਰਾਂ ਨੇ ਫਿਲੌਰ ਦੇ ਮੁਹੱਲਾ ਅੰਬੇਡਕਰ ਨਗਰ ਵਿਖੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਘਰ ਦੇ ਮਾਲਕ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਹੁਣ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਭਾਜੀ ਬਲਰਾਜ ਦਾ ਘਰ ਆ, ਵਾਈਫ ਆਫ ਨੀਲਮ ਤੇ ਉਹ ਲੜਕਾ ਉਹਨਾਂ ਦਾ ਹੈ ਅਨਮੋਲ, ਤੇ ਇਹ ਹੈਗਾ ਗੜਾ ਰੋਡ ਡਾਕਟਰ ਅੰਬੇਦਕਰ ਨਗਰ ਵਾਰਡ ਨੰਬਰ 5 ਮਹੱਲਾ ਚੌਧਰੀਆਂ ਫਲੋਰ। ਇਹ ਭਾਜੀ ਰਾਤੀ ਅਸੀਂ ਮਤਲਬ ਕਿ ਇਹ ਸਾਡੇ ਕੋਲ ਉੱਧਰ ਪੈਂਦੇ ਆ, ਮੁੰਡੇ ਦੀ ਸਿਹਤ ਨਹੀਂ ਠੀਕ, ਬਿਮਾਰ ਰਹਿੰਦਾ ਇਹ, ਤੇ ਉੱਧਰ ਸਾਡੇ ਕੋਲ ਪਏ ਸੀ ਇਹ, ਤੇ ਰਾਤੀ ਮਤਲਬ ਕਿ 2 ਵਜੇ ਮਤਲਬ ਕਿ ਕਰੀਬ 2 ਵਜੇ ਬੰਦੇ ਮਤਲਬ ਕਿ ਆਏ ਆ ਕੋਠੇ ਦੇ ਉੱਪਰ ਦੀ ਆਏ ਪਿੱਛੇ ਦੀ, ਤੇ ਆਣ ਕੇ ਅੰਦਰ ਤੇ ਗਰਿੱਲ ਦਾ ਤਾਲਾ ਭੰਨਿਆ ਉਹਨਾਂ ਨੇ, ਤਾਲਾ ਭੰਨ ਕੇ ਮੁੜ ਕੇ ਅੰਦਰਲੇ ਲੋਕ ਖੋਲ੍ਹੇ ਉਹਨਾਂ ਨੇ, ਅੰਦਰਲੇ ਲੋਕ ਖੋਲ੍ਹ ਕੇ ਆ ਦੇਖ ਲਓ ਤੁਸੀਂ ਸਾਰੀ ਤੋੜ ਭੰਨ ਕਰਕੇ, ਤੇ ਜਿਹੜੀ ਕੈਸ਼ ਇਹਨਾਂ ਦਾ ਮੁੰਡੇ ਨੇ ਬਾਹਰ ਦਾ ਵਿਚਾਰੇ ਨੇ ਜਾਣ ਲਈ ਪੈਸੇ ਵਿਆਜੂ ਚੱਕ ਕੇ ਫਾਈਨਾਂਸ ਤੋਂ ਲੈ ਕੇ ਸਾਰੇ ਪੈਸੇ ਜਮ੍ਹਾਂ ਕਰਕੇ ਰੱਖੇ ਸੀ, ਤੇ ਮਤਲਬ ਕਿ ਉਹ ਸਾਰੇ ਕੈਸ਼ ਵੀ ਲੈ ਗਏ ਤੇ ਅੱਧੇ ਤੋਲੇ ਦੀਆਂ ਵਾਲੀਆਂ ਸੀ ਉਹ ਵੀ ਲੈ ਗਏ। ਕੈਸ਼ ਹੈਗਾ ਸੀ ਭਾਜੀ ਮੇਰੇ ਖਿਆਲ 2-2.5 ਲੱਖ ਰੁਪਈਆ ਹੈਗਾ ਸੀ ਟੋਟਲ, ਕਿੰਨੇ ਕੁ ਦਾ ਲੱਖਾਂ ਹੋ ਗਿਆ ਟੋਟਲ ਆਪਣਾ ਮੇਰੇ ਖਿਆਲ ਵਾਲੀਆਂ ਪਾ ਕੇ 3+ 3 ਤੋਂ ਉੱਪਰ ਹੀ ਹੈ। ਅੱਛਾ ਕੈਸ਼ ਤੇ ਵਾਲੀਆਂ ਲਗੇ? ਹਾਂਜੀ ਹਾਂਜੀ, ਹੋਰ ਨਹੀਂ ਕੁਛ ਲੈ ਕੇ ਗਿਆ ਭਾਜੀ। ਪੁਲਿਸ ਨੂੰ ਸੂਚਨਾ ਦਿੱਤੀ? ਹਾਂਜੀ ਹਾਂਜੀ, ਪੁਲਿਸ ਆ ਕੇ ਬਿਆਨ ਵਗੈਰਾ ਲੈ ਗਈ ਇਹਨਾਂ ਦੇ, ਤੇ ਉਹ ਮੌਕਾ ਦੇਖ ਕੇ ਵੀ ਗਈ ਆ ਤੇ ਆਪਣੀ ਲਿਸਟ ਵਗੈਰਾ ਬਣਾ ਕੇ ਲੈ ਗਏ। ਕੋਈ ਸ਼ੱਕ ਤੋਂ ਕਹਿ ਸਕਦੇ ਤੇ ਕਿਸੇ ਨੂੰ ਪਤਾ ਹੋਵੇ? ਸ਼ੱਕ ਭਾਜੀ ਇਦਾਂ ਆ ਵੀ ਜਿਹੜੇ ਬੰਦਿਆਂ ਦੇ ਸ਼ੱਕ ਸੀ ਸਾਨੂੰ ਉਹ ਅਸੀਂ ਉਹਨਾਂ ਨੂੰ ਦੱਸਤਾ ਹੈ। ਮੰਗ ਭਾਜੀ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਵੀ ਵਿਧਵਾ ਜਨਾਨੀ ਆ ਇਹ, ਵੀ ਇਹਨਾਂ ਦਾ ਜਿਹੜਾ ਬੱਚਾ ਇੱਕੋ ਇੱਕ ਕਮਾਉਣ ਵਾਲਾ, 3 ਭੈਣਾਂ ਦਾ ਇਕੱਲਾ ਇਕੱਲਾ ਭਰਾ ਹੈ, ਤੇ ਮੰਗ ਇਹ ਆ ਵੀ ਇਹਨਾਂ ਨੂੰ ਇਨਸਾਫ਼ ਦਿੱਤਾ ਜਾਵੇ, ਜਿਹੜੀ ਇਹਨਾਂ ਦੀ ਰਾਸ਼ੀ ਆ ਜਿਹੜੀ ਉਹ ਇਹਨਾਂ ਨੂੰ ਵਾਪਸ ਦਵਾਈ ਜਾਵੇ ਭਾਜੀ। ਕੈਸ਼ ਹੋਇਆ, ਮੁੰਡਾ ਭੇਜਣਾ ਸੀਗਾ ਬਾਹਰ, 2.5-3 ਲੱਖ ਰੁਪਈਆ ਸੀ, ਅੱਧੇ ਕੁ ਤੋਲੇ ਦੀਆਂ ਵਾਲੀਆਂ ਸੀ, ਤੇ ਪੈਸਾ ਅਸੀਂ ਏਦਾਂ ਇਕੱਠਾ ਕਰਕੇ ਕੁਛ ਫਾਈਨਾਂਸ ਵਾਲਿਆਂ ਤੋਂ ਵੀ ਫੜਿਆ, ਉਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਵੀ ਫੜਿਆ ਕਿ ਨਹੀਂ ਫੜਿਆ, ਹਜੇ ਅਸੀਂ ਕਿਸ਼ਤਾਂ ਦਿੰਦੇ ਹੀ ਹਾਂ। ਹੁਣ ਇਹ ਮੁੰਡਾ ਬਿਮਾਰ ਹੋ ਗਿਆ, ਇਸ ਕਰਕੇ ਥੋੜ੍ਹਾ ਲੇਟ ਹੋ ਗਿਆ, ਇਹ ਤਾਂ ਹਟ ਕੇ ਗਏ, ਅੱਜ ਸਾਰਾ ਕੁਛ ਸਾਡਾ ਚੁੱਕ ਕੇ ਲੈ ਕੇ ਗਿਆ। ਮਾਫ਼ੀ ਕਰਦੇ ਜੀ, ਸਾਨੂੰ ਮਿਲਣੇ ਚਾਹੀਦੇ ਪੈਸੇ, ਗਰੀਬ ਹੈਗੀ ਮੈਂ, ਵਿਧਵਾ ਹੈਗੀ। ਹਾਂਜੀ ਸਰ, ਇੱਕ ਨਾ ਅੰਬੇਡਕਰ ਨਗਰ ਦੇ ਵਿੱਚ ਇੱਕ ਘਰ ਦੇ ਵਿੱਚ ਆ ਜਿਹੜਾ ਚੋਰੀ ਦੀ ਵਾਰਦਾਤ ਹੋਈ ਆ, ਕੀ ਸਾਰਾ ਮਾਮਲਾ, ਤੁਸੀਂ ਮੌਕੇ ਤੇ ਗਏ ਸੀ, ਮੌਕਾ ਦੇਖ ਕੇ ਆਏ ਸਰ? ਹਾਂ, ਮੈਨੂੰ ਸਲਾਹ ਮਿਲੀ ਸੀ, ਮੈਂ ਮੌਕੇ ਤੇ ਗਿਆ ਸੀ। ਘਰਦੇ ਦੱਸਦੇ ਆ ਵੀ ਕੋਈ ਅੱਧਾ ਤੋਲਾ ਗੋਲਡ ਸੀ ਤੇ ਬਾਕੀ ਕੁਛ ਅਜੇ ਤੱਕ ਪੂਰਾ ਕਲੀਅਰ ਨਹੀਂ ਉਹਨਾਂ ਨੂੰ ਵੀ ਕੈਸ਼ ਕਿੰਨੀ ਹੈ, ਤੇ ਬਾਕੀ ਅਸੀਂ ਮੌਕੇ ਤੇ ਗਏ ਸੀ, ਸਾਰੀ ਵੀਡੀਓ ਬਣਾਈ ਹੈ, ਤੇ ਜਿਹੜੇ ਨਾਲ ਗਲੀ ਦੇ ਵਿੱਚ ਕੈਮਰੇ ਆ ਉਹ ਸਾਰੇ ਚੈੱਕ ਕੀਤੇ, ਕੁਛ ਚੈੱਕ ਕਰਨੇ ਬਾਕੀ ਹੈ, ਜਿੱਦਾਂ ਵੀ ਤਫਤੀਸ਼ ਵਿੱਚ ਜੋ ਵੀ ਸਾਹਮਣੇ ਆਊਗਾ ਤੇ ਤੁਹਾਨੂੰ ਟਾਈਮ ਟੂ ਟਾਈਮ ਐਨ ਪੂਰਾ ਤੁਹਾਡੇ ਨੋਟਿਸ ਸਾਰੀ ਤਫਤੀਸ਼ ਲਿਆਉਂਦੀ ਜਾਊਗੀ।